ਹਰ ਹੁਦਿੱਤਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਗਏ ਆ ਮੈਂ ਹਾਂ ਨਵਜੀਤ ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਮੇਰੇ ਨਾਲ ਨੇ ਜਿਹੜੀਆਂ ਖਬਰਾਂ ਤੇ ਚਰਚਾ ਕਰਾਂਗੇ ਉਹਦੇ ਵਿੱਚ ਪਹਿਲੀ ਖਬਰ ਅਮਿਤ ਸ਼ਾਹ ਹੋਰਾਂ ਦੀ ਹੈ ਕਿਉਂਕਿ ਉਹ ਪੰਜਾਬ ਵਿੱਚ ਆਏ ਨੇ ਚੰਡੀਗੜ੍ਹ ਆਏ ਸੀ ਤੇ ਉੱਥੇ ਕਾਂਗਰਸ ਦੇ ਕਈ ਲੀਡਰ ਭਾਜਪਾ ਵਿੱਚ ਸ਼ਾਮਲ ਹੋਏ ਨੇ ਗੱਲ ਇਹਤੇ ਵੀ ਕਰਾਂਗੇ ਸਿੱਧੂ ਮੂਸੇਵਾਲੇ ਦੇ ਕਤਲ ਦੀ ਜਾਂਚ ਕਿੱਥੇ ਤੱਕ ਪਹੁੰਚੀ ਹੈ ਚਰਚਾ ਇਹਤੇ ਵੀ ਕਰਾਂਗੇ ਪਰ ਸਭ ਤੋਂ ਪਹਿਲਾਂ ਪੰਨੂ ਸਾਹਿਬ ਦਾ ਸਵਾਗਤ ਪੰਨ ਪੰਨੂ ਸਾਹਿਬ ਅਮਿਤ ਸ਼ਾ ਅੱਜ ਚੰਡੀਗੜ੍ਹ ਦੌਰੇ ਤੇ ਨੇ ਤੇ ਕਾਂਗਰਸ ਦੇ ਕਈ ਸਾਬਕਾ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋ ਗਏ ਕਿਵੇਂ ਦੇਖਦੇ ਆ ਇਸ ਸਭ ਨੂੰ ਪਹਿਲਾਂ ਸੁਨੀਲ ਜਾਖੜ ਸੀਗੇ ਤੇ ਇਹਦਾ ਮਤਲਬ ਹੁਣ ਪਿੱਛੇ-ਪਿੱਛੇ ਹੋਰ ਵੀ ਕਈ ਲੀਡਰ ਜਾਣਗੇ ਹੋਰ ਦੇਖੋ ਗੱਲ ਇਹ ਆ ਕਿ ਸੁਨੀਲ ਜਾਖੜ ਦਾ ਕਾਂਗਰਸ ਛੱਡ ਕੇ ਭਾਜਪਾ ਤੇ ਜਾਣਾ ਹੋਰ ਗੱਲ ਸੀ ਤੇ ਇਹਨਾਂ ਦਾ ਜਾਣਾ ਹੋਰ ਗੱਲ ਆ ਜੀ ਸੁਨੀਲ ਜਾਖੜ ਗਿਆ ਨਹੀਂ ਉਹਨੂੰ ਕਾਂਗਰਸ ਉੱਚੋਂ ਭਜਾਇਆ ਗਿਆ ਜੀ ਆदमी ਮਰਨ ਨਹੀਂ ਸੀ ਕੋਈ ਨਾ ਕ腐ਸ਼ਨ ਨਹੀਂ ਸੀ ਕੀਤੀ ਕੋਈ ਉਹਦੀ ਬਦਨਾਮੀ ਨਹੀਂ ਸੀ ਉਹਨੂੰ ਇੰਨਾ ਕੁ ਤੰਗ ਕੀਤਾ ਗਿਆ ਤਕੀਕਤ ਤਕੀਕਾ ਜਦੋਂ ਉਹ ਬਿਲਕੁਲ ਖੁੰਝੇ ਲੱਗ ਗਿਆ ਉਦੋਂ ਫਿਰ ਕੋਈ ਰਾਹ ਨਾ ਰਹਿ ਗਿਆ ਤੇ ਉਹ ਕਾਂਗਰਸ ਛੱਡ ਕੇ ਭਾਜਪਾ ਚਲੇ ਗਿਆ ਅੱਜ ਜਿਹੜੇ ਹੁਣ ਜਾਂਦੇ ਪਏ ਇਹ ਤੇ ਸਾਰੇ ਉਹ ਨੇ ਜਿਹੜੇ ਚੋਣਾਂ ਦਾ ਰਿਜੈਕਟਡ ਮਾਲ ਨੇ ਜੀ ਬਲਬੀਰ ਸਿੰਘ ਸਿੱਧੂ ਉਦੋਂ ਹਾਰ ਗਿਆ ਜਦੋਂ ਆਪ ਸਿਹਤ ਮੰਤਰੀ ਸੀ ਤੇ ਭਰਾਵ ਦਾ ਮੇਰ ਰਾਜਕੁਮਾਰ ਜੀ ਉੱਥੋਂ ਅੰਮ੍ਰਿਤਸਰ ਦੇ ਵਿੱਚੋਂ ਅੰਮ੍ਰਿਤਸਰ ਵਿਸਥਿਤ ਸੀਟ ਨਹੀਂ ਬਚਾ ਸਕੇ ਗੁਰਪ੍ਰੀਤ ਸਿੰਘ ਕਾਂਗੜ ਅਖੀਰਲੇ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੋਂ ਜਾਂਦੇ ਜਾਂਦੇ ਤੋਂ ਆਪਣੇ ਪਰਿਵਾਰ ਵਾਸਤੇ ਕੁਝ ਲੈਂਦਾ ਲੈਂਦਾ ਬਦਨਾਮੀ ਵੀ ਪੱਲੇ ਪਵਾ ਬਿਠਾ ਤੇ ਸੀਟ ਵੀ ਖਵਾ ਬਿਠਾ ਸੁੰਦਰ ਸ਼ਾਮ अरोड़ा ਆਪਣੀ ਸੀਟ ਨਹੀਂ ਬਚਾ ਸਕਿਆ ਇਨਾਂ ਚ ਗਿਆ ਕਿਹੜਾ ਜਿਹਨੂੰ ਅਸੀਂ ਆਖੀਏ ਤੇ ਬਹੁਤ ਕੰਮ ਦਾ ਜੇ ਇਹਨਾਂ ਨੂੰ ਭਾਜਪਾ ਚ ਲੈ ਜਾਣਾ ਤੇ ਮੈਂ ਇਦਾਂ ਦੇ 30 40 ਬੰਦਿਆਂ ਹੋਰਾਂ ਦੀ ਲਿਸਟ ਦੇ ਦੇਣਾ ਭਾਜਪਾ ਵਾਲੇ ਉਹਨਾਂ ਨਾਲ ਪਹੁੰਚ ਕਰ ਲੈਣ ਅੱਜ ਜਿਹੜੇ ਐਮਐਲਏ ਨੇ ਇਸ ਵੇਲੇ ਉਹਨਾਂ ਚ ਤੇ ਕੋਈ ਵੀ ਨਹੀਂਗਾ ਜਾਣ ਨੂੰ ਇਹਨਾਂ ਵਿੱਚ ਵੀ ਤਿਆਰ ਨਹੀਂ ਕਈ ਜੀ ਉਹ ਡਰਦੇ ਇਸ ਗੱਲ ਤੋਂ ਆ ਕੇ ਵਿਧਾਨ ਸਭਾ ਦੀ ਮੈਂਬਰੀ ਦਲ ਬਦਲੀ ਕਾਨੂੰਨ ਲਾਗੂ ਹੋਣਾ ਉਹ ਸੀਟ ਖੁੱਸ ਜਣੀ ਐ ਤੇ ਦੁਬਾਰਾ ਚੋਣ ਹੋਈ ਤੇ ਪੱਲੇ ਕੁਝ ਨਹੀਂ ਪੈਣਾ ਇਸ ਗੱਲ ਤੋਂ ਡਰਦੇ ਨਹੀਂ ਉਹ ਤਾਂ ਜਾਂਦੇ ਪਏ ਨਹੀਂ ਤੇ ਉਹ ਵੀ ਚੱਲ ਜਾਣਗੇ ਇਹ ਸਾਰੇ ਜਿੱਦਾਂ ਜਾ ਰਹੇ ਨੇ ਇਸ ਕਰਕੇ ਨਹੀਂ ਜਾ ਰਹੇ ਕਿ ਪੰਜਾਬ ਦੀ ਕਾਂਗਰਸ ਉੱਤੇ ਵਿਗਾੜ ਵਿਗਾੜ ਪਾਉਣ ਵਾਲਾ ਬੰਦਾ ਤਾਂ ਸੀਤਾਫਲ ਦੀ ਗਿਣਤੀ ਕਰਦਾ ਕਰਦਾ ਇੱਕ ਵੱਖਰੀ ਪਾਰਟੀ ਬਣਾ ਕੇ ਤੇ ਜਿਹੜਾ ਭਾਜਪਾ ਹੈਡਕੁਆਰਟਰ ਆ ਉਹਦੇ ਸਰਵੰਟ ਕੁਆਟਰਾਂ ਚ ਜਾ ਬੈਠਾ ਜਾਪਦਾ ਜੀ ਵਿਗਾਰਤਾ ਉਹਨੇ ਪਾਇਸੀ ਉਹਦੇ ਤੋਂ ਬਾਅਦ ਦੂਜਾ ਵਿਗਾਰ ਜੀ ਨੇ ਪਾਇਆ ਸੀ ਉਹ ਅਜਕਲ ਜੇਲ੍ਹ ਚ ਆ ਹਿੱਕ ਤੇ ਹੱਥ ਮਾਰ ਕੇ ਹਰ ਗੱਲ ਨਾ ਕਹਿੰਦਾ ਹੁੰਦਾ ਸੀ ਭਗਵੰਤ ਸਿੰਘ ਸਿੱਧੂ ਦਾ ਪੁੱਤ ਆ ਕਰੇਗਾ ਹੁਣ ਪਤਾ ਨਹੀਂ ਉਹਦਾ ਕੀ ਬਣਨਾ ਹਾਲਾਤ ਨੇ ਉਹਦੇ ਨਾਲ ਵੀ ਬੇਇਨਸਾਫੀ ਕੀਤੀ ਹੈ ਜੇਲ੍ਹ ਚ ਬੈਠਾ ਬਾਕੀ ਬੰਦਿਆਂ ਚ ਕੌਣ-ਕੌਣ ਕੀ ਕੁਝ ਕਰਦਾ ਰਿਹਾ ਉਹਦੀ ਸਾਰੇ ਦੀ ਪੁਣਛਾਣ ਨਾ ਕਰੀਏ ਵੱਡੀ ਗੱਲ ਇਹ ਹੈ ਕਿ ਇਹ ਬੰਦੇ ਕਾਂਗਰਸ ਪਾਰਟੀ ਛੱਡ ਕੇ ਜਾ ਰਹੇ ਆ ਤੇ ਸਿਰਫ ਪੰਜਾਬ ਦਾ ਕਰਕੇ ਨਹੀਂ ਜਾ ਰਹੇ ਬੰਦੇ ਤਾਂ ਹਮਾਚਲ ਪ੍ਰਦੇਸ਼ ਵੀ ਕਾਂਗਰਸ ਛੱਡ ਰਹੇ ਹਨਿਆਣੇ ਵੀ ਛੱਡ ਰਹੇ ਦਿੱਲੀ ਵਾਲੇ ਪਹਿਲਾਂ ਛੱਡ ਗਏ ਉਹਦੇ ਤੋਂ ਇਲਾਵਾ ਯੂਪੀ ਵਿੱਚ ਛੱਡ ਗਏ ਨੇ ਕਪਲ ਸਿਬਰ ਵਰਗੇ ਬੰਦੇ ਜਿਹੜੇ ਹਾਈ ਕਮਾਂਡ ਦਾ ਮੈਂਬਰ ਸਨ ਫਿਰ ਕਹਿੰਦੇ ਸੀ ਹਾਈ ਕਮਾਂਡ ਨੂੰ ਸੁਧਾਰਨਾ ਗਰੁੱਪ ਆਫ 23 ਬਣਾਈ ਫਿਰਦੇ ਸੀ ਉਹ ਗਰੁੱਪ ਆਫ 23 ਵਾਲੇ ਵੀ ਛੱਡ-ਛੱਡ ਕੇ ਭੱਜਣ ਲੱਗ ਪਏ ਤੇ ਹੁਣ ਰਾਜ ਸਭਾ ਦੀ ਸੀਟ ਬਦਲੇ ਪਾਰਟੀ ਛੱਡ ਕੇ ਪਰੇ ਹੋ ਗਏ। ਗੁਜਰਾਤ ਦੇ ਕਾਂਗਰਸੀ ਵੀ ਛੱਡ ਰਹੇ। ਨਤੀਜਾ ਕੀ ਨਿਕਲੇਗਾ? ਅਖੀਰ ਨੂੰ ਜਾ ਕੇ ਲੱਗਦਾ ਕਾਂਗਰਸ ਦੇ ਵਿੱਚ ਸ਼ਾਇਦ ਦੋ ਜਣੇ ਰਹਿ ਜਾਣਗੇ। ਇੱਕ ਰਾਹਲ ਤੇ ਇੱਕ ਗਾਂਧੀ। ਇਹ ਪਾਰਟੀ ਉਸ ਬੰਦੇ ਦੇ ਹੱਥਾਂ 'ਚ ਫੜਾਈ ਆ। ਜਿਹੜਾ ਬੰਦਾ ਪਾਰਟੀ ਬਾਰੇ ਜਾਣਦਾ ਹੀ ਕੁਝ ਨਹੀਂ, ਪੋਲਿਟਿਕਸ ਬਾਰੇ ਜਾਣਦਾ ਕੁਝ ਨਹੀਂ। ਲੋਕਾਂ ਦੀ ਨਵਜਨੀ ਪਛਾਣਦਾ ਲੋਕਾਂ ਦੀ ਪਛਾਛਾ ਚ ਨਹੀਂ ਬੋਲਦਾ ਕਿਸੇ ਵਕਤ ਕਾਮਰੱਡਾਂ ਨੂੰ ਲੋਕ ਕਿ ਮਜ਼ਾਕ ਕਰਦੇ ਹੁੰਦੇ ਸੀ ਕਿ ਮਾਸਕੋ ਚ ਮੀਂਹ ਪੈਂਦਾ ਤੇ ਮਾਝੇ ਚ ਛਤਰੀਆਂ ਲੈ ਕੇ ਤੁਰ ਪੈਂਦੇ ਉਹ ਜਮਾਨਾ ਤੇ ਬਹੁਤ ਪਿਛੇ ਰਿਹਾਗਾ 30 ਸਾਲ 40 ਸਾਲ ਪਿਛੇ ਰਿਹਾ ਹੁਣ ਇਹ ਬੰਦਾ ਇਹਦਾ ਉਲਟਾ ਬਹਿਣ ਇੱਥੇ ਇੰਡੋ ਇੰਡੀਆ ਚ ਵੋਟਾਂ ਪੈਂਦੀਆਂ ਤੇ ਇੰਗਲੈਂਡ ਨੂੰ ਤੁਰ ਜਾਂਦਾ ਅਕਟਰੀ ਨੂੰ ਤੁਰ ਜਾਂਦਾ ਇਹਨੂੰ ਪਤਾ ਹੀ ਨਹੀਂ ਮੈਂ ਇੱਥੇ ਰਹਿਣਾ ਲੋਕਾਂ ਦੇ ਵਿੱਚ ਰਹਿ ਕੇ ਤੇ ਪਾਰਟੀ ਚਲਾਉਣੀ ਹੈ ਤੇ ਸੋਨੀਆ ਗਾਂਧੀ ਅਜੇ ਤੱਕ ਇਹ ਸਮਝੀ ਬੈਠੀ ਐ ਕਿ ਦੁਨੀਆ ਭਰ ਦੀ ਸਾਰੀ ਅਕਲ ਦਾ ਲਿਸਾਂਸ ਸੱਚੇ ਪਾਤਸ਼ਾਹ ਨੇ ਮੇਰੇ ਪੁੱਤ ਦੇ ਕਰਮਾ 'ਚ ਲਿਖ ਦਿੱਤਾ ਉਹ ਹੰਤ ਪੁੱਤ ਤੋਂ ਕਿ ਵਿਖਣ ਨੂੰ ਕੋ ਤਿਆਰ ਨਹੀਂ ਆ ਜਿਹੜੇ ਪੰਜਾਬ ਦੇ ਕਾਂਗਰਸੀ ਗਏ ਆ ਇਹਦੇ 'ਚ ਕੋਈ ਪੰਜਾਬ ਦੀ ਕਾਂਗਰਸ ਦਾ ਕਸੂਰ ਨਾ ਕਣੋ ਆ ਅਗਲੇ ਸਾਲ ਚੋਣਾ ਹੋ ਲੰਦਿਓ ਜਿਹੜੇ ਦੋ ਕਸੂਬੇ ਨਾਲ ਕੋਲ ਹੈਗੇ ਆ ਰਾਜਸਥਾਨ ਐ ਛਤੀਸਗੜ ਜਦੋਂ ਇਹਨਾਂ 'ਚ ਵੀ ਇੱਕ ਕਰ ਗਿਆ ਪਤਾ ਨਹੀਂ ਕਿ ਦੋਵੇਂ ਨਾ ਕਰ ਜਾਂਦੇ ਹਣ ਜੀ ਉਦੋਂ ਬਾਅਦ ਕਾਂਗਰਸ ਦਾ ਬਣੇਗਾ ਕੀ ਪੰਡਿਤ ਜਵਾਰ ਲਾਲ ਨਰਦੀਪਾਟੀ ਸਰਦਾਰ ਪਟੇਲ ਦੀ ਪਾਰਟੀ ਮওলানা ਅਬੁਲ ਕਲਾਮ ਆਜ਼ਾਦ ਦੀ ਪਾਰਟੀ ਲਾਲਬਾਧਰ ਸ਼ਾਸਤਰੀ ਤੇ ਇੰਦਰਾ ਗਾਂਧੀ ਦੀ ਪਾਰਟੀ ਉਹ ਪਾਰਟੀ ਜਿਹੜੀ ਹੈ ਉਹ ਅੱਜ ਕਿਹੜੇ ਹਾਲ ਨੂੰ ਪਹੁੰਚ ਗਈ ਹੈ ਕਿ ਹਰ ਕੋਈ ਦੂਜੇ ਨੂੰ ਇਹ ਨਹੀਂ ਪੁੱਛਦਾ ਕਿ ਆਪਣੀ ਪਾਰਟੀ ਵੱਧ ਰਹੀ ਹੈ ਤੇ ਅੱਗੇ ਕਿੱਧਰ ਜਾਣਾ ਇੱਕ ਦੂਸਰੇ ਨੂੰ ਇਸ਼ਾਰਾ ਨਾਲ ਪੁੱਛਦੇ ਆ ਕਿ ਆਪਾਂ ਕਿੰਨੇ ਦਿਨ ਇੱਥੇ ਬੈਠੇ ਰਹਿਣਾ ਪਾਰਟੀ ਦੇ ਵਿੱਚ ਕਿਸਮ ਦਾ ਭਾਜੜ ਦਾ ਮਾਹੌਲ ਬਣਿਆ ਪਿਆ ਹਿਮਾਚਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਦੋ ਤਿੰਨ ਰੈਲੀਆਂ ਕੀਤੀਆਂ ਉਹਦੇ ਮਗਰੇ ਮਗਰੇ ਭਾਜਪਾ ਨੇ ਕੀਤੀਆਂ ਕਾਂਗਰਸ ਵਾਲੇ ਇੱਕ ਰੈਲੀ ਨਹੀਂ ਕਰ ਸਕੇ ਕਿਉਂਕਿ ਲੀਡਰ ਹੀ ਕੋਈ ਨਹੀਂ ਪਾਰਟੀ ਲੀਡਰਲੈਸ ਹੋਈ ਪਈਆ ਉਸ ਭਾਜੜ ਦਾ ਕਰਕੇ ਬੰਦੇ ਅਮ੍ਰਿਤਸਰ ਵੱਲ ਜਾ ਰਹੇ ਆ ਜੀ ਪੰਚਾਬ ਸੰਗਰੂਰ ਜਿਮਨੀ ਚੋਣ ਦੀ ਗੱਲ ਵੀ ਜਰੂਰ ਕਰਨੀ ਹੈ ਕਿਉਂਕਿ ਉੱਥੇ ਆਮ ਆਦਮੀ ਪਾਰਟੀ ਨੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਤੇ ਦੂਸਰੇ ਪਾਸੇ ਸਿਮਰਜੀਤ ਸਿੰਘ ਮਾਨਹੂਰਾ ਨੇ ਆਪਣੇ ਕਾਗਜ਼ ਭਰ ਦਿੱਤੇ ਨੇ ਤੇ ਇੱਕ ਗੱਲ ਹੋਰ ਦੱਸਿਓ ਪੰਚਾਬ ਜੇ ਸਿੱਧੂ ਮੂਸੇ ਵਾਲੇ ਦਾ ਸਿਵਾ ਠੰਡਾ ਨਹੀਂ ਹੋਇਆ ਕੁਝ ਕ ਸਿਆਸਤਦਾਨ ਕਹਿ ਰਿਹਾ ਕਿ ਉਹਨਾਂ ਦੇ ਪਿਤਾ ਜੀ ਨੂੰ ਸਿਆਸਤ ਵਿੱਚ ਲਿਆ ਆਇਆ ਜਾਵੇ ਇਹ ਸਾਰੀਆਂ ਜਿਹੜੀਆਂ ਗੱਲਾਂ ਚੋਣ ਤੇ ਕੀ ਪ੍ਰਭਾਵ ਪਾ ਸਕਦੀਆਂ ਤੇ ਜਿਹੜੇ ਉਮੀਦਵਾਰ ਖੜੇ ਕੀਤੇ ਆਮ ਆਦਮੀ ਪਾਰਟੀ ਨੇ ਉਹਦੇ ਬਾਰੇ ਕੀ ਕਹਿਣਾ ਪਹਿਲਾਂ ਤੇ ਇੱਕ ਭਗਵੰਤ ਮਾਨ ਦੇ ਭੈਣ ਬਾਰੇ ਬੜਾ ਚਰਚਾ ਚੱਲਦੀ ਸੀ ਕਿ ਉਹ ਚ ਪਾਰਟੀ ਤੇ ਚੁੱਪ ਸੀ ਉਹਦਾ ਉਹਨਾਂ ਦੇ ਲੀਡਰ ਕਹਿੰਦੇ ਸੀ ਕਿ ਉਹਨੂੰ ਚੋਣ ਨਹੀਂ ਲੜਾਉਣੀ ਨਾ ਲੜਨੇ ਚਾਹੁੰਦੀ। ਚਾਹੁੰਦੀ ਕਿ ਨਹੀਂ ਚਾਹੁੰਦੀ ਇਹ ਪਤਾ ਨਹੀਂ ਪਰ ਉਹ ਇਹ ਕਹਿੰਦੇ ਸੀ ਕਿ ਉਹਨੇ ਨਹੀਂ ਚੋਣ ਲੜਦੀ। ਉਹਨੇ ਸਾਬਤ ਹੋ ਗਿਆ ਕਿ ਉਹਦੀ ਥਾਂ ਤੇ ਗੁਰਮੀਤ ਸਿੰਘ ਕਰਾਚੋ ਖੜਾ ਕਰਤਾ। ਗੁਰਮੀਤ ਸਿੰਘ ਨੂੰ ਜਾਣਨ ਵਾਲੇ ਜਾਣਦੇ ਆ ਬਹੁਤੇ ਲੋਕ ਆਮ ਲੋਕਾਂ ਨੂੰ ਨਹੀਂ ਪਤਾ। ਕਿ ਉਹਨੇ ਪਹਿਲਾਂ ਐਮਏ ਕੀਤੀ ਫਿਰ ਐਮਬੀਏ ਕੀਤੀ ਤੇ ਪਿਛਲੇ 14-15 ਸਾਲਾਂ ਤੋਂ ਉਸ ਇਲਾਕੇ 'ਚ ਪਿੰਡ ਪਿੰਡ ਰੁੱਖ ਲਾਉਣ ਦੀ ਮੁਹਿੰਮ ਚਲਾ ਰਿਹਾ। ਜੀ। ਜਦੋਂ ਆਮ ਆਦਮੀ ਪਾਰਟੀ ਬਣੀ ਪਹਿਲੇ ਬੰਦਿਆਂ ਚ ਉਹ ਸੀਤ ਤੇ ਜ਼ਿਲ੍ਹਾ ਪ੍ਰਧਾਨਿਆ ਤੇ ਅੱਜ ਤੱਕ ਉਹਨੇ ਕਦੇ ਕੋਈ ਅਹੁਦਾ ਨਹੀਂ ਮੰਗਿਆ ਇਹਨਾਂ ਪੜ੍ਹਿਆ ਲਿਖਿਆ ਨੌਜਵਾਨ ਉਹਨਾਂ ਟਿਕਟ ਦੇ ਤੇ ਉਹਦੀ ਗੱਲ ਆਪਣੀ ਤਾਂ ਜੀ ਦੂਸਰੇ ਪਾਸੇ ਮੁਕਾਬਲੇ ਦੇ ਉੱਤੇ ਸਭ ਤੋਂ ਪਹਿਲਾਂ ਸਿਮਰਜੀਤ ਸਿੰਘ ਮਾਨ ਆਇਆ ਸੀ ਤੇ ਉਹ ਅਜੇ ਵੀ ਖੜਾ ਉਹਦੇ ਕੋਲ ਅਕਾਲੀ ਦਲ ਦੀ ਟੀਮ ਦੋ ਵਾਰੀ ਜਾ ਆਈ ਹੈ ਜਦੋਂ ਟੀਮ ਜਾਂਦੀ ਹੈ ਤੇ ਇਹ ਸੁਣਿਆ ਜਾਂਦਾ ਕਿ ਟੀਮ ਇਹ ਕਹਿਣ ਗਈ ਆ ਬਾਪੂ ਜੀ ਅਸੀਂ ਤੁਹਾਡੇ ਨਾਲ ਜਦੋਂ ਮੁੜ ਕੇ ਆਉਂਦੇ ਆ ਤੇ ਪਤਾ ਲੱਗਦਾ ਕਿ ਬਾਪੂ ਨਾਲ ਸਲਾਹ ਕਰਕੇ ਆਏ ਆ ਅੱਗੋਂ ਫਿਰ ਗੱਲ ਚੱਲਦੀ ਇਹਨੂੰ ਟਿਕਟ ਇਹਨੂੰ ਦੇਣੇ ਇਹਨੂੰ ਦੇਣੇ ਇਹਨੂੰ ਦੇਣੇ ਅਜੇ ਪਤਾ ਨਹੀਂ ਲੱਗਦਾ ਕਾਂਗਰਸ ਪਾਰਟੀ ਦੇ ਕੋਲ 5-6 ਬੰਦੇ ਆ ਟਿਕਟ ਦੇ ਦੋਦਾਵਦਰ ਉਹਨਾਂ ਵਿੱਚੋਂ ਦੋ ਬੰਦੇ ਇਹੋ ਜਿਹੇ ਆ ਜਿਨ੍ਹਾਂ ਬਾਰੇ ਚਰਚਾ ਅੱਜ ਚੱਲਦੀ ਰਹੀ ਆ ਕਿ ਉਹਨਾਂ ਨੇ ਅਮਿਤ ਸ਼ਾਹ ਦੇ ਕੋਲ ਜਾ ਕੇ ਤੇ ਭਾਜਪਾ ਚ ਸ਼ਾਮਲ ਹੋਈ ਨੇ ਜੀ ਜਿਹੜੇ ਅੱਜ ਵੀ ਗਏ ਭਲਕੇ ਵੀ ਗਏ ਪਰਸੋਂ ਵੀ ਗਏ ਉਹਨਾਂ ਨੂੰ ਟਿਕਟ ਦੇ ਕੇ ਕੀ ਕਰ ਲੋਂਗੇ ਇਹ ਹਾਲਾਤ ਉਹਨਾਂ ਦੇ ਬਣੇ ਪਏ ਨੇ ਇਸ ਵਾਰ ਇੰਦੀਆ ਭਾਰਤੀ ਜਨਤਾ ਪਾਰਟੀ ਉਹ ਇਹ ਮੈਦਾਨ ਖਾਲੀ ਤਾਂ ਛਡਣਗੇ ਨਹੀਂ ਕਿਸੇ ਨੂੰ ਤਾਂ ਖੜਾ ਕਰਨਗੇ ਕਿਹਨੂੰ ਕਰਦੇ ਅਜੇ ਪਤਾ ਕੋਈ ਨਹੀਂ ਰਹਿ ਗਈ ਗੱਲ ਸਿੱਧੂ ਮੂਸੇਵਾਲੇ ਦੇ ਮਾਂ-ਬਾਪ ਦੀ ਮੈਨੂੰ ਜੋ ਕੁਝ ਉੱਥੋਂ ਦੇ ਪੱਤਰਕਾਰਾਂ ਨੇ ਦੱਸਿਆ ਨਾ ਤਾਂ ਮੈਂ ਸਿੱਧੂ ਮੂਸੇਵਾਲੇ ਨਾਲ ਕਦੇ ਫੋਨ ਤੇ ਗੱਲ ਕੀਤੀ ਸੀ ਨਾ ਕਦੇ ਮਿਲੇ ਸਾਂ ਜੀ ਜੀ ਨਾ ਦੇ ਪਰਿਵਾਰ ਨੂੰ ਮਿਲਿਆ ਉੱਥੋਂ ਦੇ ਪੱਤਰਕਾਰਾਂ ਨੇ ਤੇ ਨੇੜ ਦੇ ਸੱਜਣਾਂ ਦੱਸਿਆ ਕਿ ਸਿੱਧੂ ਮੂਸੇਵਾਲੇ ਦਾ ਬਾਪ ਬਲਕੌਰ ਸਿੰਘ ਨਿਹੈਤ ਸ਼ਰੀਫ ਆਦਮੀ ਹੈ ਜੀ ਸਹੁ ਕਦੇ ਕਿਸੇ ਨੂੰ ਕੌੜਾ ਨਹੀਂ ਬੋਲਿਆ ਕਦੇ ਕਿਸੇ ਦਾ ਪੈਰ ਨਹੀਂ ਮਿੱਦਿਆ ਗਲਤ ਹਰਕਤ ਕਰਦਾ ਕੋਈ ਨਹੀਂ ਉਹਨਾਂ ਨੂੰ ਟਿਕਟ ਦੇਣੀ ਕਿ ਨਹੀਂ ਦੇਣੀ ਇਹ ਤਾਂ ਪਾਰਟੀਆਂ ਜਾਣਣ ਉਹਦਾ ਨਾਂ ਪਹਿਲਾਂ ਨਹੀਂ ਸੀ ਚੱਲਦਾ ਪਹਿਲਾਂ ਇਹ ਗੱਲ ਚੱਲਦੀ ਸੀ ਕਿ ਕਾਂਗਰਸ ਵਾਲੇ ਕਹਿੰਦੇ ਅਸੀਂ ਸਿੱਧੂ ਮੂਸੇਵਾਲੇ ਨੂੰ ਉਮੀਦਵਾਰ ਬਣਾਉਣਾ ਸੀ ਉਹਦਾ ਕਤਲ ਕਰ ਦਿੱਤਾ ਗਿਆ ਸਿਮਰਜੀਤ ਸਿੰਘ ਮਾਨਕੇ ਦਾ ਕਾਂਗਰਸੀਆਂ ਕਹਨੂੰ ਬਣਾਉਣਾ ਸੀ ਉਹਨੇ ਤੇ ਮੇਰੀ ਮਦਦ ਕਰਨ ਆਉਣਾ ਸੀ ਉਹਨੂੰ ਤਾਂ ਕਤਲ ਕਰ ਦਿੱਤਾ ਗਿਆ ਜੀ ਪਰ ਉਹਦੇ ਤੋਂ ਬਾਅਦ ਉਹਦੇ ਪਰਿਵਾਰ ਦੀ ਗੱਲ ਨਹੀਂ ਸੀ ਚੱਲੀ ਕੱਲ ਪਹਿਲੀ ਵਾਰੀ ਉੱਗੇ ਵਿਦਵਾਨ ਨੇ ਤੇ ਦੇਸ਼ ਦੇ بڑے ਚੋਣਵੇਂ ਆਰਥਿਕ ਮਾਹਰ ਨੇ ਸਰਦਾਰਾ ਸੁਜੋੜ ਰੇ ਉਹਨਾਂ ਨੇ ਇੱਕ ਮੈਸੇਜ ਪਾ ਦਿੱਤਾ ਕਿ ਇਨ੍ਹਾਂ ਹਾਲਾਤ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਬਾਪ ਨੂੰ ਜੇ ਇੱਕ ਕੰਸੈਂਸਸ ਕੈਂਡੀਡੇਟ ਯਾਨੀ ਆਮ ਰਾਏ ਦਾ ਉਮੀਦਵਾਰ ਬਣਾਤਾ ਜਾਵੇ ਸਾਰੀਆਂ ਪਾਰਟੀਆਂ ਮਦਦ ਕਰਨ ਤੋਂ ਜ਼ਿਆਦਾ ਚੰਗਾ ਹੋਵੇਗਾ ਹੁਣ ਸਾਰੀਆਂ ਪਾਰਟੀਆਂ ਜੇ ਸਰਦਾਰਾ ਸੁਜੋੜ ਦੀ ਮੰਨਦੀਆਂ ਹੁੰਦੀਆਂ ਤੇ ਸਦਾਰਾ ਸਿੰਘ ਜੋਲ ਨੇ ਤਾਂ ਕਿਸਾਨਾਂ ਦੇ ਮੋਰਚੇ ਵੇਲੇ ਵੀ ਆਖਿਆ ਸੀ ਕਿ ਭੜਦਿਓ ਛੱਡ ਕੇ ਆਜੋ ਮੰਨੀ ਤਾਂ ਨਹੀਂ ਸਕੇ ਉਹ ਕੱਲ ਦੀ ਫੇਰ ਚਰਚਾ ਚੱਲ ਪਈ ਕਿ ਸਦਾਰਾ ਸਿੰਘ ਜੋਲ ਨੇ ਉਦੋਂ ਆਖਿਆ ਸੀ ਬੇਤਰੇ ਆ ਕਿ ਸਦਾਰਾ ਸਿੰਘ ਜੋਲ ਰਹੀ ਇਸ ਕਿਸਮ ਦੇ ਖਲ ਜਗਣੀ ਚ ਨਾ ਪਹਿਣ ਕਿਉਂਕਿ ਜਦੋਂ ਪਤਾ ਹੀ ਨਹੀਂ ਐਸ ਪਾਰਟੀ ਨੇ ਕਰਨਾ ਉਹਨੇ ਕੀ ਕਰਨਾ ਕੱਲ ਨੂੰ ਮੁੜ ਕੇ ਉਹਦੇ ਚ ਸਦਾਰਾ ਸਿੰਘ ਜੋਲ ਦਾ ਨਾਂ ਘੜੀ ਸੀ ਫਿਰਨਗੇ ਜੀ ਉਹਨਾਂ ਨੂੰ ਆਪਣੇ ਆਰਾਮ ਦੇ ਰਿਟਾਇਰਮੈਂਟ ਦੇ ਦਿਨ ਕੱਟਨੇ ਚਾਹੀਦੇ ਆ ਅਕਲ ਦਾ ਚਰਚਾ ਜਿੱਦਣ ਜਿੱਦਣ ਚੱਲਦੀ ਹੈ ਨਾਲ ਸਦਾਰਾ ਸਿੰਘ ਜੋਲ ਦਾ ਨਾਮ ਲਈ ਜਾਂਦੇ ਨੇ ਅੰਤ ਨੂੰ ਇਹ ਸਿਆਸੀ ਪਾਰਟੀਆਂ ਦੇ ਲੀਡਰ ਕਿਸੇ ਪਰੋਸੇ ਦੇ लायक ਨਹੀਂ ਹੁੰਦੇ ਇਹਨਾਂ ਦਾ ਪਤਾ ਹੀ ਕੋਈ ਨਹੀਂ ਭੜਕ ਨੂੰ ਨਾ ਕੀ ਕਰਨਾ ਮੈਂ ਕਿਹਾ ਲੱਗੇ ਵੀ ਕਈ ਵਾਰ ਦੱਸੀ ਆ ਕਿ ਰੰਗਾ ਬੜਾ-ਬੜਾ ਕਾਰਟੂਨ ਸੀ ਉਹਨੇ ਇੱਕ ਵਾਰੀ ਇੱਕ ਕਾਰਟੂਨ ਬਣਾਇਆ ਸੀ ਕਿ ਬੜਾ ਪਪੂਲਰ ਲੀਡਰ ਹਰਮਨ ਪਿਆਰਾ ਲੀਡਰ ਜਿੱਤ ਕੇ ਗਿਆ ਲੋਕੀ ਵਧਾਈਆਂ ਦੇਣ ਗਏ ਤੇ ਇੱਕ ਵੋਟਰ ਨੇ ਜਾ ਕੇ ਬੜੇ ਚਾਚ ਨੂੰ ਜੱਫੀ ਪਾ ਕੇ ਕਿਹਾ ਵਧਾਈ ਹੋਵੇ ਜੀ ਤੇ ਮਗਰੋਂ ਵੇਖਿਆ ਬਾਹਾਂ ਵਿੱਚ ਇਕੱਠੀਆਂ ਹੋ ਗਈਆਂ ਧਿਆਨ ਨਾਲ ਵੇਖਿਆ ਲੀਡਰ ਦਾ ਕੁਰਤਾ ਉਹਦੀਆਂ ਬਾਹਾਂ ਵਿੱਚ ਰਿਹਾ ਗਿਆ ਸੀ ਲੀਡਰ ਦੂਜੀ ਪਾਰਟੀ ਚਲਾ ਗਿਆ ਸੀ ਜੀ ਜੀ ਇਦਾਂ ਹੁੰਦਾ ਕਿ ਨਹੀਂ ਹੁੰਦਾ ਪਰ ਇੱਕ ਗੱਲ ਪੱਕੀ ਹੈ ਕਿ ਆ ਜਿੰਨੇ ਲੀਡਰ ਤੁਰੇ ਫਿਰਦੇ ਆ ਇਹਨਾਂ ਚੋਂ ਕਿਸੇ ਬਾਰੇ ਤੁਸੀਂ ਆਖੋ ਫੁਲਾਣਾ ਬੜਾ ਭਰੋਸੇ ਵਾਲ ਅਸੀਂ ਜਿਨ੍ਹਾਂ ਤੇ ਬਹੁਤ ਭਰੋਸਾ ਕਰਦੇ ਸੀ ਉਹਨਾਂ ਦਾ ਭਰੋਸਾ ਟੁੱਟਦਿਆਂ ਤੇ ਉਹਨਾਂ ਨੂੰ ਲੋਕਾਂ ਦਾ ਭਰੋਸਾ ਤੋੜਦਿਆਂ ਅਸੀਂ ਬੜੀ ਵਾਰ ਵੇਖਿਆ ਹੋਇਆ ਇਸ ਕਰਕੇ ਬਿਹਤਰ ਹੈ ਕਿ ਹਰ ਇੱਕ ਦੀ ਇੱਜ਼ਤ ਆਪੋ ਆਪਣੇ ਹੱਥ ਹੁੰਦੀ ਏ ਇਸ ਸਿਆਸੀ ਚੱਕਰ ਤੋਂ ਪਾਸੇ ਰਿਆ ਜਵੇਂ ਜੋ ਹੋ ਜੇ ਉਹ ਤੇ ਚਰਚਾ ਕਰਨੀ ਵੱਖਰੀ ਗੱਲ ਆ ਪਰ ਵਿੱਚ ਲੱਤ ਨਾ ਫਸਾਈ ਜਾਵੇ ਜੀ ਪੰਸਰ ਸਾਹਿਬ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੇ ਵਿੱਤੀ ਘਾਟੇ ਦਾ ਸ਼ਿਕਾਰ ਹੈ ਅਧਿਆਪਕਾਂ ਨੂੰ ਤਨਖਾਹ ਨਹੀਂ ਮਿਲ ਰਹੀਆਂ ਬੱਚਿਆਂ ਦੇ ਅੱਗੇ ਪਤਾ ਨਹੀਂ ਦਾਖਲੇ ਹੋਣੇ ਆ ਜਾਂ ਫਿਰ ਨਹੀਂ ਹੋਣੇ ਪੈਸਾ ਵੀ ਸੁੱਖ ਨਾਲ ਇਕੱਠਾ ਹੋ ਜਾਂਦਾ ਸੀਗਾ ਪਰ ਘਾਟੇ ਦਾ ਸ਼ਿਕਾਰ ਕਿਵੇਂ ਹੋ ਰਹੀ ਹੈ ਦੇਖੋ ਉੱਥੇ ਗੁਰੂ ਘਰ ਜਿਹੜਾ ਵੀ ਜਾਂਦਾ ਉੱਥੋਂ ਲੈ ਕੇ ਤੇ ਕੁਝ ਖਰਚਾ ਕਰਵਾ ਕੇ ਤਾਂ ਨਹੀਂ ਹੁੰਦਾ ਕੁਝ ਨਾ ਕੁਝ ਪੱਲਿਓ ਦੇਖ ਕੇ ਆਉਂਦਾ ਜੀ ਜਿਹਨੇ ਲੋਕ ਜਾਂਦੇ ਆ ਸਰਦਾ ਨਾਲ ਕੁਝ ਚੜਾਉਂਦੇ ਹੀ ਆ ਇਹਨਾਂ ਤੋਂ ਲਿੰਦੇ ਨੇ ਜੀ ਇਹਦੇ باوجود ਘਟ ਹੁਣ ਹਰ ਕੋਈ ਆਖੀ ਜਾਂਦਾ ਫੁਲਾਨੇ ਨੇ ਘਾਟਾ ਪਾਤਾ ਆਖਿਰਕਾਰ ਕਿਤਨਾ ਕਿਤ ਨਲੈਕੀ ਹੋਈ ਹੈ ਹੁਣ ਵਾਲੇ ਪ੍ਰਬੰਧਕਾਂ ਨੇ ਕਹਿਤਾ ਕਿ ਜਦੋਂ ਦੋਵੇਂ ਸਰਨਾ ਭਰਾ ਵਾਰੀ-ਵਾਰੀ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਪ੍ਰਧਾਨ ਬਣੇ ਸੀ ਉਹ ਜਾਂ ਲੱਗਿਆ ਘਾਟਾ ਪਾ ਕੇ ਤੁਰ ਗਿਆ ਤੇ ਬਾਅਦ ਚ ਮਨਜੀਤ ਸਿੰਘ ਜੀ ਕੇ ਘਾਟਾ ਪਾ ਗਿਆ ਉਹ ਆਖੀ ਜਾਂਦੇ ਜੀ ਅਸੀਂ ਘਾਟਾ ਨਹੀਂ ਸੀ ਪਾਇਆ రికార్డ్ చెక్ కర్కే వెఖ్లో ਹੁਣ ਵਾਲੇ ਪ੍ਰਧਾਨ ਨੇ ਜਾ ਕੇ ਅਦਾਲਤ ਵਿੱਚ ਝੂਠ ਬੋਲਿਆ ਕਿ ਅਸੀਂ ਘਾਟਾ ਪਾ ਗਿਆਂ ਜੀ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੇ ਫਾਈਨੈਂਸ਼ੀਅਲ ਘਾਟੇ ਪਏ ਆ ਮਾਇਕ ਜਿਹੜੀ ਇੱਕ ਘਾਟੇ ਦੀਆਂ ਗੱਲਾਂ ਨੇ ਉਹਨਾਂ ਸਰਾਂ ਦੀ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਆ ਕੋਈ ਰਿਟਾਇਰਡ ਜੱਜ ਇਸ ਕੰਮ ਲੈਣਾ ਚਾਹੀਦਾ ਤਾਂ ਕਿ ਪਤਾ ਲੱਗ ਸਕੇ ਕਿ ਕਿੱਥੇ ਕਿੱਥੇ ਕੀ ਕੀ ਗੜਬੜ ਹੋਈ ਆ ਹੁਣ ਇਹ ਗੁਰੂ ਘਰ ਦੇ ਵਿੱਚ ਬੈਠਿਆਂ ਵੀ ਜੇ ਸਾਰੇ ਇੱਕ ਦੂਸਰੇ ਦੇ ਖਿਲਾਫ ਇਸ ਤਰ੍ਹਾਂ ਦੀ ਦੁਸ਼ਨਬਾਜੀ ਕਰੀ ਜਾਣ ਕਰੀ ਜਾਣ ਜੇ ਸਾਰੇ ਜਣੇ ਉੱਥੇ ਗੁਰੂ ਘਰ ਵਿੱਚ ਖਲੋ ਕੇ ਇੱਕ ਜਣਾ ਆਖੇ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸਾਡੇ ਆ ਦੂਸਰਾ ਅੱਖ ਸਾਡਾ ਕੋਈ ਵਾਸਤਾ ਹੀ ਨਹੀਂ ਅਸੀਂ ਉਹ ਮਾਲਕੀ ਛੱਡੀ ਗੁਰੂ ਘਰ ਦੇ ਵਿੱਚ ਇਹਨਾਂ ਪ੍ਰਬੰਧਕਾਂ ਨੇ ਕਿਹੜੇ-ਕਿਹੜੇ ਪੁੱਠੇ ਕੰਮ ਨਹੀਂ ਕੀਤੇ ਜੀ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ ਸਿੱਖੀ ਤੋਂ ਛੇਕ ਦਿੱਤਾ ਗਿਆ ਉਹ ਗੁਰੂ ਘਰ ਦੀਆਂ ਪ੍ਰਧਾਨਗੀਆਂ ਕਰਦੇ ਰਹੇ ਤੇ ਕਰਦੇ ਵੀ ਪਏ ਆ ਅਜੇ ਵੀ ਕਰਦੇ ਪਏ ਉਹ ਲੋਕ ਵੀ ਨੇ ਇਸ ਕਰਕੇ ਇੱਕ ਜਿਹੜਾ ਪ੍ਰਾਣਾ ਮੁਹਾਵਰਾ ਅਜ ਤੋਂ 40 ਸਾਲ ਪਹਿਲਾਂ ਇੱਕ ਸਿੱਖ ਵਿਦਵਾਨ ਨੇ ਆਖਿਆ ਸੀ ਸਿੱਖ ਤਾਂ ਠੀਕ ਨੇ ਸਿੱਖਾਂ ਦੇ ਲੀਡਰਾਂ ਦੀ ਮੁਸ਼ਕਲ ਇਹ ਆ ਕਿ ਇਹਨਾਂ ਦੀ ਗੁਰੂਵਾਲ ਪਿੱਠ ਹੈ ਗੋਲਕਾਂਵਲ ਮੂੰਹ ਹੈ ਕਿਉਂਕਿ ਗੁਰੂਵਾਲ ਪਿੱਠ ਤੇ ਗੋਲਕਾਂਵਲ ਮੂੰਹ ਆ ਇਸ ਕਰਕੇ ਕਿਸੇ ਵੀ ਥਾਂ ਤੇ ਵੇਖ ਲੋ ਮਾਇਆ ਤਾਂ ਸੰਗਤਾਂ ਤੜਾ-ਤੜ ਚੜਾਉਂਦੀਆਂ ਪੂਰੀ ਸ਼ਰਧਾ ਨਾਲ ਚੜਾਉਂਦੀਆਂ। ਉਹ ਜਾਂਦੀ ਕਿੱਥੇ ਆ? ਪਤਾ ਕੋਈ ਨਹੀਂ ਲੱਗਦਾ। ਜੀ। ਵੱਡੇ ਮਘੋਰੇ ਆ। ਪਤਾ ਨਹੀਂ ਅੱਗੇ ਅਸੀਂ ਸਿਆਸੀ ਲੀਡਰਾਂ ਬਾਰੇ ਕਹਿੰਦੇ ਹੁੰਦੇ ਸੀ। ਵੀ ਇਹਨਾਂ ਲੀਡਰਾਂ ਦੇ ਹਾਜਮੇ ਬੜੇ ਕਮਾਲ ਦੇ ਆ। ਇਹ ਸੜਕਾਂ ਦੀ ਲੁੱਕ ਵੀ ਖਾ ਜਾਂਦੇ ਆ। ਬਜਰੀ ਚੱਪ ਜਣ ਉਹ ਵੀ ਇਹਨਾਂ ਨੂੰ ਹজম ਹੋ ਜਾਂਦੀ ਆ। ਜੀ। ਬਿਲਡਿੰਗਾਂ ਦਾ ਲੋਹਾ ਤੇ ਰੇਤ ਮਸਾਲਾ ਸੀਮੈਂਟ ਉਹ ਵੀ ਸਾਰਾ ਕੁਝ ਚੱਪ ਜਾਂਦੇ ਆ। ਇਹਨਾਂ ਦਾ ਹਾਜਮਾ ਹੀ ਬੜਾ ਕਮਾਲ ਦਾ। ਕੋਈ ਹਾਜਮਨ ਦੀਆਂ ਗੋਲੀਆਂ ਵੀ ਨਹੀਂ ਖਾਂਦੇ। ਅੱਜ ਕੱਲ ਹੁਣ ਧਰਮ ਸਥਾਨਾਂ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੇ ਪ੍ਰਬੰਧਕ ਆ ਗਏ ਆ ਕਿ ਉਹਨਾਂ ਦੇ ਉੱਤੇ ਹਰ ਕਿਸਮ ਦਾ ਦੋਸ਼ ਲਾਉਂਦਾ ਲੱਗਦਾ ਉਹ ਮਾਲ ਵੀ ਛਕੀ ਜਾਂਦੇ ਆ ਤੇ ਜਿਹੜੇ ਦੋਸ਼ ਹੁੰਦੇ ਆ ਉਹਨਾਂ ਦੋਸ਼ਾਂ ਨੂੰ ਵੀ ਹਜਮ ਕਰ ਜਾਂਦੇ ਆ ਸਭ ਕੁਝ ਕਮਾ ਲਈ ਆ ਜੀ ਪੰਸਰ ਸਿੱਧੂ ਮੂਸੇਵਾਲੇ ਦੀ ਗੱਲ ਜ਼ਰੂਰ ਕਰਨੀ ਆ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਪੁਲਿਸ ਲੱਭ ਰਹੀ ਆ ਕਾਤਲ ਅਖਰ ਕੌਣ ਹੈ ਪੰਜਾਬ ਪੁਲਿਸ ਲੱਗੀ ਪਈ ਆ ਹੋਰਾਂ ਸੁਭਿਆ ਦੀ ਵੀ ਪੁਲਿਸ ਲੱਗੀ ਪਈ ਆ ਤੁਸੀਂ ਕਿਵੇਂ ਦੇਖਦੇ ਆ ਕਿਉਂਕਿ ਹਰ ਰੋਜ਼ ਖਬਰਾਂ ਆਉਂਦੀ ਆ ਕਦੀ ਕੋਈ ਗੈਂਗਸਟਰ ਦਾ ਨਾਮ ਆਉਂਦਾ ਕਦੀ ਕਿਸੇ ਦਾ ਆਉ ਪੁਖਤਾ ਆਧਾਰ ਦੇ ਉੱਪਰ ਕੋਈ ਸਾਂਝਾ ਨਹੀਂ ਕਰਦਾ ਪੈਧਕਾਰੀ ਤੌਰ ਤੇ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ ਜੀ ਦੇਖੋ ਅੱਜ ਹੁਣ ਜਾਂਚ ਚੱਲਦੀ ਚੱਲਦੀ ਹਰਿਆਣੇ ਦੇ ਸੋਨੀਪੱਤ ਚਲੀ ਗਈ ਹੈ ਜੀ ਜਦੋਂ ਇੱਥੇ ਗੋਲੀ ਚੱਲੀ ਕਹਿੰਦੇ ਇੱਕ ਮੁੰਡੇ ਨੇ ਵੀਡੀਓ ਬਣਾਉਣੀ ਸ਼ੁਰੂ ਕੀਤੀ ਤੇ ਉਹਨਾਂ ਨੂੰ ਲੱਗ ਗਿਆ ਪਤਾ ਹੂੰ ਉਹਨਾਂ ਨੇ ਵੀਡੀਓ ਬਣਾਉਣ ਵਾਲੇ ਮੁੰਡੇ ਵੱਲ ਸਿੱਧੇ ਫੇਰ ਕੀਤੇ ਤੇ ਉਹ ਭੱਜ ਕੇ ਬਚ ਗਿਆ ਗੋਲੀ ਤੋਂ ਪਹਿਲੀ ਵਾਰੀ ਬਚ ਗਿਆ ਮੁੰਡਾ ਲੋਕ ਫਿਰ ਇਨੇ ਦਿਨ ਉਹ ਡਰਦਾ ਬੋਲਿਆ ਨਹੀਂ ਪੁਲਿਸ ਨੇ ਉਸ ਵਕਤ ਉਸ ਇਲਾਕੇ ਚ ਜਿੰਨੇ ਸੈਲਫੋਨ ਚੱਲ ਰਹੇ ਸਨ ਉਹਨਾਂ ਸਾਰਿਆਂ ਦੀ ਪੁਣਛਾਣ ਕੀਤੀ ਕਰਦਿਆਂ ਕਰਦਿਆਂ ਉਹਦੇ ਤੱਕ ਪਹੁੰਚ ਗਏ ਉਸ ਟਾਪਰ ਵਾਲੇ ਟੈਲੀਫੋਨਾਂ ਚ ਜੀ ਉਹਦੇਪਰ ਉਹਨੇ ਆਖਿਆ ਜੀ ਆਹ ਕੁਛ ਆਇਆ ਸੀ ਉਹਨੇ ਵੀਡੀਓ ਫੁਟੇਜ ਦਿੱਤੀ ਸਾਰੀ ਜਿਹੜੀ ਉਹਨੇ ਰਿਕਾਰਡ ਕੀਤੀ ਸੀ ਉਹਦੇ ਵਿੱਚੋਂ ਜਿਹੜੇ ਬੰਦੇ ਦਿਸੇ ਉਹ ਸੋਨੀਪੱਤ ਦੇ ਨੇੜੇ ਦੇ ਪਿੰਡ ਦੇ ਐ ਇੱਕ ਮੁੰਡਾ ਤੇ ਹੋ ਜਿਹੜਾ ਨਵਾਂ ਰੈਗਰੂਟਿਆ ਇਹਨਾਂ ਦਾ ਗੈਂਗਸਟਰਾਂ ਦਾ ਇੱਕ ਪੁਰਾਣਾ ਕਾਗ ਹੈ ਜਿੱਤੇ ਕਈ ਕੇਸ ਚੱਲਦੇ ਆ ਹੁਣ ਇਥੋਂ ਦੀ ਪੁਲਿਸ ਤੇ ਹਰਿਆਣੇ ਦੀ ਪੁਲਿਸ ਪੁਲਿਸ ਜਾ ਕੇ ਉਹਨਾਂ ਨੂੰ ਘੇਰ ਕੇ ਤੇ ਪੁੱਛਗਿੱਛ ਕਰਦੀ ਪਈ ਹੈ। ਦੂਸਰੇ ਪਾਸੇ ਦਿੱਲੀ ਦੀ ਪੁਲਿਸ ਉਹਨਾਂ ਨੇ ਇੱਕ ਗਰੁੱਪ ਫੜਿਆ ਸੀ ਉਹ ਗਰੁੱਪ ਇਸ ਕਰਕੇ ਨਹੀਂ ਫੜਿਆ ਕਿ ਸਿੱਧੂ ਮੂਸੇਵਾਲੇ ਦੀ ਗੱਲ ਸੀ। ਇਹਦੇ ਕਤਲ ਤੋਂ ਪਹਿਲਾਂ ਫੜ ਲਿਆ ਸੀ ਤੇ ਉਸ ਗਰੁੱਪ ਨੇ ਆਖਿਆ ਸੀ ਕਿ ਅਸੀਂ ਸਲਮਾਨ ਖਾਨ ਨੂੰ ਮਾਰ ਦੇਣਾ ਫਿਲਮ ਸਟਾਰ ਜੀ ਉਹਦੀ ਪੁਣਛਾਣ ਚ ਇਹ ਗੱਲ ਆਈ ਕਿ ਉਸ ਗਰੁੱਪ ਦੀ ਹਿਟਲਿਸਟ ਦੇ ਉੱਤੇ ਸਿੱਧੂ ਮੂਸੇਵਾਲਾ ਵੀ ਸੀ। ਜੇ ਗੱਲ ਆ ਗਈ ਸੀ ਤੇ ਫਿਰ ਲੋਕੀ ਕਿਉਂ ਰਹੀ ਤੇ ਸਿੱਧੂ ਮੂਸੇਵਾਲੇ ਦਾ ਕਤਲ ਕਿਉਂ ਹੋ ਗਿਆ ਪਤਾ ਨਹੀਂ। ਹੁਣ ਉਹ ਜਿਹੜਾ ਸੈਲ ਆ ਉਹ ਉਹਦੇ ਤੋਂ ਬਿਸ਼ਨੋਈ ਤੋਂ ਲਾਰੈਂਸ ਬਿਸ਼ਨੋਈ ਤੋਂ ਵੀ ਪੁੱਛਗਿੱਛ ਕਰ ਰਿਆ ਉਹਦੀ ਪੁੱਛਗਿੱਛ ਦੀਆਂ ਗੱਲਾਂ ਪੁਣ ਛਣ ਕੇ ਬਾਹਰ ਨਿਕਲਦੀਆਂ ਹਰ ਕੋਈ ਆਪੋ ਆਪਣੇ ਢੰਗ ਨਾਲ ਉਹਨਾਂ ਗੱਲਾਂ ਨੂੰ ਤੜਕਾ ਲਾ ਕੇ ਪੇਸ਼ ਕਰਦਾ ਇਹ ਪਤਾ ਲੱਗਾ ਕਿ ਉਹਦੀ ਪੁੱਛਗਿੱਛ ਜਿਹੜੇ ਬੰਦਿਆਂ ਦੇ ਨਾਂ ਗੈਂਗਸਟਰਾਂ ਦੇ ਆਏ ਆ ਉਹ ਸ਼ਾਇਦ ਇੱਥੋਂ ਭੱਜ ਕੇ ਤੇ ਨੇਪਾਲ ਜਾਵੜਿਆ ਜੀ ਉਹਨਾਂ ਦਾ ਨੇਪਾਲ ਜਾਣ ਦਾ ਮਤਲਬ ਇਹ ਆ ਕਿ ਉੱਥੋਂ ਫਲਾਈਟ ਲੈ ਕੇ ਤੇ ਅੱਗੇ ਕਿਸੇ ਦੇਸ਼ ਨੂੰ ਚੱਲਣਗੇ ਭਾਰਤ ਦੀ ਪੁਲਿਸ ਦਿੱਲੀ ਦੀ ਵੀ ਤੇ ਪੰਜਾਬ ਵਾਲੀ ਵੀ ਉਹਨਾਂ ਨੂੰ ਵਿਦੇਸ਼ ਭਜਣ ਤੋਂ ਰੋਕਣ ਦਾ ਯਤਨ ਕਰ ਰਹੀ ਹੈ ਪਰ ਜੇ ਪੁਲਿਸ ਰੋਕਣ ਦਾ ਯਤਨ ਕਰ ਰਹੀ ਹੈ ਤੇ ਗੱਲ ਮੀਡੀਆ ਨੂੰ ਦੱਸਣ ਦੀ ਕੀ ਲੋੜ ਹੈ ਤੁਸੀਂ ਚੁੱਪਚੀਪ ਹੀ ਤੇ ਰੋਕੋ ਜਦੋਂ ਤੁਸੀਂ ਮੀਡੀਆ ਨੂੰ ਦੱਸ ਦਿੰਦੇ ਆ ਇਹ ਗੱਲ ਚਰਚਾ 'ਚ ਆ ਗਈ ਫਿਰ ਉਹ ਬੰਦੇ ਤੁਹਾਡੇ ਅੱਖੇ ਕਿਉਂ ਲੱਗਣਗੇ ਜੀ ਫਿਰ ਤੁਸੀਂ ਉਹਨਾਂ ਨੂੰ ਰੋਕ ਕਿੱਦਾਂ ਲਓਗੇ ਫਿਰ ਤਾਂ ਸਾਫ਼ ਹੈ ਇੱਕ ਵਾਰੀ ਬੰਦੇ ਤੁਹਾਡੇ ਕੋਲੋਂ ਨਿਕਲ ਗਏ ਸੋ ਨਿਕਲ ਗਏ ਇਹ ਤਾਂ ਉਹਨਾਂ ਨੂੰ ਦੱਸਣ ਵਾਲੀ ਗੱਲ ਹੈ ਕਿ ਤੁਹਾਡੇ ਮਗਰ ਪੁਲਿਸ ਲੱਗੀ ਜੀ ਤੁਸੀਂ ਬਚ ਜਾਓ ਦੂਜੀ ਗੱਲ ਇਹ ਹੈ ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੇ ਕਤਲ ਤੋਂ ਅਗਲੇ ਦਿਨ ਚਿੱਠੀ ਲਿਖੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਸਾਡੇ ਪੁੱਤਰ ਦੇ ਕਤਲ ਕੇਸ ਦੀ ਜਾਂਚ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਰਾਉਣੀ ਚਾਹੀਦੀ ਹੈ ਇਹਨਾਂ ਨੇ ਹਾਈ ਕੋਰਟ ਨੂੰ ਚਿੱਠੀ ਲਿਖ ਦਿੱਤੀ ਕਿ ਪਰਿਵਾਰ ਚਾਹੁੰਦਾ ਹੈ ਕਿ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਾਈ ਜਾਵੇ ਤੇ ਚੀਫ ਜਸਟਿਸ ਨੂੰ ਬੇਨਤੀ ਕੀਤੀ ਕਿ ਤੁਸੀਂ ਇੱਕ ਜੱਜ ਸਾਹਿਬ ਦੀ ਡਿਊਟੀ ਲਾ ਦਿਓ ਜਿਹੜੇ ਦੀ ਪੜਤਾਲ ਕਰਨ ਅੱਜ ਅਖਬਾਰਾਂ ਦੀਆਂ ਖਬਰਾਂ ਨੇ ਪੱਕਾ ਪਤਾ ਨਹੀਂ ਅਖਬਾਰਾਂ ਕਹਿੰਦੀਆਂ ਨੇ ਕਿ ਚੀਫ ਜਸਟਿਸ ਨੇ ਕਿਹਾ ਤਾਂ ਕਿ ਸਾਡੇ ਕੋਲ ਕੋਈ ਜੱਜ ਨਹੀਂ ਅਸੀਂ ਇਸ ਕੰਮ ਵਾਸਤੇ ਡਿਊਟੀ ਨਹੀਂ ਲਾ ਸਕਦੇ ਸਾਡੇ ਹੋਰ ਕੰਮ ਆ ਗਏ ਇਹ ਤੁਸੀਂ ਆਪੇ ਕਰੋ ਹੁਣ ਕੇਂਦਰ ਦੀ ਹੋਮ ਮਿਨਿਸਟਰੀ ਨੂੰ ਲਿਖਣ ਜਾਂ ਸੁਪਰੀਮ ਕੋਰਟ ਨੂੰ ਲਿਖਣ ਜੋ ਮਰਜ਼ੀ ਕਰਦੇ ਰਹਿਣ ਇਹਦੇ ਦਰਮਿਆਨ ਪਰਿਵਾਰ ਨੇ ਇੱਕ ਮੰਗ ਚੁੱਕ ਦਿੱਤੀ ਹੈ ਕਿ ਇਸ ਕਤਲ ਕੇਸ ਦੀ ਜਾਂਚ ਕੇਂਦਰੀ ਏਜੰਸੀਆਂ ਕਰਨ ਜੀ ਇਦੇ ਦਰਮਿਆਨ ਕੁਝ ਲੋਕਾਂ ਨੇ ਮੰਗ ਕਰਤੀ ਐ ਕਿ NIA ਇਹਦੀ ਜਾਂਚ ਕਰੇ NIA ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ 2008 ਚ ਉਦੋਂ ਬਣੀ ਸੀ ਜਦੋਂ ਮੁੰਬਈ ਚ ਬਹੁਤ ਵੱਡਾ دہشتਗਰਦ ਹਮਲਾ ਹੋਇਆ ਤੇ ਅੱਗੇ ਤੋਂ ਇਹੋ ਜੇ دہشتਗਰਦ ਹਮਲਿਆਂ ਦੀ ਜਾਂਚ ਪੜਤਾਲ ਵਾਸਤੇ ਤੇ ਰੋਕਥਾਮ ਵਾਸਤੇ ਬਣਾਈ ਗਈ ਸੀ ਜਿੰਨੀ ਕਿ ਜਾਣਕਾਰੀ ਮੈਨੂੰ ਆ ਉਹ ਇਸ ਤਰ੍ਹਾਂ ਦੇ ਕਤਲਾਂ ਦੀ ਪੜਤਾਲ ਨਹੀਂ ਕਰ ਸਕਦੀ ਉਹ ਕਰ ਸਕਦੀ ਹੈ ਅਤਵਾਦੀ ਘਟਨਾਵਾਂ ਦੀ ਜਾਂਚ ਜਾਂ ਤਾਂ ਇਹ ਜਾਂਚ ਨੂੰ ਦੇਣੀ ਆ ਤੇ ਇਹਦੇ ਵਿੱਚ ਲਿਖਣਾ ਪਵੇਗਾ ਕਿ ਜਿਹੜੇ ਗੈਂਗਸਟਰਾਂ ਦਾ ਇਹ ਚ ਹੱਥ ਆ ਉਹਨਾਂ ਦੇ ਕੋਈ ਜੱਤਵਾਦੀਆਂ ਨਾਲ ਸਬੰਧ ਨੇ ਜਾਂ ਫਿਰ ਉੱਥੇ ਭਾਰਤ ਸਰਕਾਰ ਨੂੰ ਖੜੇ ਪੈਰ ਇੱਕ ਨਵਾਂ ਨੋਟੀਫਿਕੇਸ਼ਨ ਇੱਕ ਨਵਾਂ ਆਰਡੀਨੈਂਸ ਜਾਰੀ ਕਰਨਾ ਪਵੇਗਾ ਕਿ ਐਨਆਈਏ ਏਜੰਸੀ ਜਿਹੜੀ ਆ ਇਹ ਅੱਤਵਾਦੀਆਂ ਵਾਲੀਆਂ ਵਾਰਦਾਤਾਂ ਤੇ ਉਹਨਾਂ ਦੇ ਕੇਸਾਂ ਦੀ ਪੁਨਸ਼ਣ ਕਰਨ ਦੇ ਨਾਲ-ਨਾਲ ਗੈਂਗਸਟਰਾਂ ਦੇ ਜਿਹੜੇ ਇੰਟਰ ਸਟੇਟ ਗੈਂਗ ਆ ਇੱਕੋ ਗੈਂਗ 5-6 ਰਾਜਾਂ ਚ ਕੰਮ ਕਰਦਾ ਪਿਆ ਗੁੰਡਾਗਰਦੀ ਕਰਦਾ ਪਿਆ ਜਿੱਥੇ ਇੰਟਰ ਸਟੇਟ ਆ ਜਾਂਦਾ ਅੰਤਰ ਰਾਜੀ ਆ ਜਾਂਦਾ ਉਹਨਾਂ ਦੀ ਪੜਤਾਲ ਵੀ ਕਰ ਸਕਦੀ ਹੈ ਜੇ ਇਦਾਂ ਦੀ ਉਹ ਕੋਈ ਨਾ ਕੋਈ ਨੋਟੀਫਿਕੇਸ਼ਨ ਵਰਗੀ ਚੀਜ਼ ਕਰ ਦੇਣ ਫਿਰ ਕੇਸ ਦੀ ਜਾਂਚ ਐਨਆਈਏ ਵੀ ਕਰ ਸਕਦੀ ਹੈ ਅੱਜ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦੋਵੇਂ ਜਾ ਕੇ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਿਆ ਅਮਿਤ ਸ਼ਾਹ ਉਹਨਾਂ ਨੇ ਮੰਗ ਉਹਨਾਂ ਨੇ ਫੇਰ ਦਰਾਈ ਹੋਵੇਗੀ ਜਿਹੜੀ ਮੰਗ ਉਹ ਜੇ ਕੱਲ ਪੰਜਾਬ ਦੇ ਮੁੱਖ ਮੰਤਰੀ ਕੋਲ ਰੱਖ ਕੇ ਹਟਿਆ ਉੱਥੇ ਜਾ ਕੇ ਉਸ ਮੰਗ ਨੂੰ ਛੜਤ ਤਾਂ ਸਕਦੇ ਨਹੀਂ ਉਹਨਾਂ ਜਰੂਰ ਰੱਖੀ ਹੋਵੇਗੀ ਬਿਲਕੁਲ ਅੱਗੋ ਅਮਿਤ ਸ਼ਾਹ ਉਹਨਾਂ ਨੇ ਕੀ ਆਖਿਆ ਕਿਸੇ ਨੂੰ ਕੋਈ ਪਤਾ ਨਹੀਂ ਪਿਛਲੇ ਕਿੰਨੇ ਸਾਰੇ ਕੇਸ ਨੇ ਪੰਜਾਬ ਦੇ ਹੋਣ ਹਰਿਆਣੇ ਦੇ ਹੋਣ Rajasthan ਦੇ ਹੋਣ UP ਜਾਂ Madhya Pradesh ਦੇ ਹੋਣ ਇਹਨਾਂ ਸਾਰੇ ਕੇਸਾਂ 'ਚੋਂ ਕਿਸੇ ਦੀ ਵੀ ਪੜਤਾਲ ਠੋਸ ਰੂਪ ਵਿੱਚ ਕਦੇ ਸਰੇ ਨਹੀਂ ਲੱਗੀ ਅਸੀਂ ਪੰਜਾਬ ਹਰਿਆਣਾ ਦੀ ਗੱਲ ਨਾ ਕਰੀਏ ਉੱਤਰ ਪ੍ਰਦੇਸ਼ ਦੀ ਪੁਲਿਸ ਸਭ ਤੋਂ ਪਹਿਲਾਂ ਦੀ ਬਦਨਾਮ ਹੈ 1974 ਚ ਸਾਰੇ ਉੱਤਰ ਪ੍ਰਦੇਸ਼ ਨੂੰ ਕੰਟਰੋਲ ਕਰਨ ਵਾਲੀ ਜਿਹੜੀ ਅਲਾਹਾਬਾਦ ਹਾਈ ਕੋਰਟ ਹੈ ਉਹਦੇ ਜਸਟਿਸ ਮੁੱਲਾ ਨੇ ਆਖਿਆ ਸੀ ਕਿ ਉੱਤਰ ਪ੍ਰਦੇਸ਼ ਦੀ ਪੁਲਿਸ ਗੁੰਡਿਆਂ ਦਾ ਜਥੇਬੰਦ ਗਰੋਹ ਬਣ ਗਈ ਹੈ 1974 ਤੋਂ ਹੁਣ ਤੱਕ ਦਾ ਮਤਲਬ ਕਿ 48 ਸਾਲ ਪਹਿਲਾਂ ਗੱਲ ਕਰਤੀ ਸੀ ਜਦੋਂ ਫੂਲਾ ਦੇਵੀ ਨੇ ਇਹ ਆਖਿਆ ਸੀ ਕਿ ਹਾਲਾਤ ਨੇ ਮੈਨੂੰ ਮਜਬੂਰ ਕਰਤਾ ਮੈਂ ਡਾਕੂ ਨਹੀਂ ਸੀ ਮੈਨੂੰ ਡਾਕੂ ਬਣਨਾ ਪਿਆ ਸੀ ਪਰ ਹੁਣ ਮੈਂ ਹਥਿਆਰ ਸੁੱਟਣ ਨੂੰ ਤਿਆਰ ਆ ਮੈਂ ਸਰੈਂਡਰ ਕਰਨ ਨੂੰ ਤਿਆਰ ਆ ਪਰ ਮੇਰੀ ਸ਼ਰਤ ਹੈ ਮੈਨੂੰ ਉੱਤਰ ਪ੍ਰਦੇਸ਼ ਦੀ ਪੁਲਿਸ ਕੋਲ ਨਾ ਕੱਲਿਓ ਜੀ ਕਾਰਨ ਕੀ ਸੀ ਕਿ ਉੱਤਰ ਪ੍ਰਦੇਸ਼ ਦੀ ਪੁਲਿਸ ਉਹਦਾ ਭਰੋਸੇ ਦੇ ਯੋਗ ਨਹੀਂ ਸੀ ਮੰਨੀ ਜਾਂਦੀ ਅੱਜ ਤੱਕ ਉੱਥੇ ਜੋ ਹਾਲਾਤ ਨੇ ਸਾਰਿਆਂ ਨੂੰ ਪਤਾ ਉਹੋ ਜਿਹੇ ਹਾਲਾਤ ਜੇ ਤੱਕ ਸਾਡੇ ਪੰਜਾਬ ਵਿੱਚ ਨਹੀਂ ਬਣੇ ਹਰਿਆਣੇ ਵਿੱਚ ਨਹੀਂ ਬਣੇ ਪਰ ਇਹ ਗੱਲ ਪੱਕੀ ਹੈ ਕਿ ਸਿਆਸੀ ਲੀਡਰਾਂ ਨੇ ਹਲਾਤ ਵਿਗਾੜ 'ਚ ਕਸਰ ਕੋਈ ਨਹੀਂ ਛੱਡੀ ਸਿੱਧੂ ਮੂਸੇਵਾਲਾ ਦਾ ਕੇਸ ਕਿਸੇ ਸਿਰੇ ਲੱਗਣਾ ਚਾਹੀਦਾ ਜਾਂਚ ਸਿਰੇ ਲੱਗਣੀ ਚਾਹੀਦੀ ਹੈ ਦੋਸ਼ੀ ਫੜੇ ਜਾਣੇ ਚਾਹੀਦੇ ਆ ਜੀ ਇਹ ਏਜੰਸੀ ਫੜੇ B ਜਾਂ C ਜਾਂ D ਕੋਈ ਏਜੰਸੀ ਫੜੇ ਲੋਕਾਂ ਨੂੰ ਇਹਦੇ ਨਾਲ ਮਤਲਬ ਨਹੀਂ ਕਿ ਏਜੰਸੀ ਕਿਹੜੀ ਲੋਕਾਂ ਨੂੰ ਇਸ ਗੱਲ ਨਾਲ ਮਤਲਬ ਹੈ ਕਿ ਦੋਸ਼ੀ ਫੜੇ ਜਾਣੇ ਚਾਹੀਦੇ ਉਦਾਂ ਵੀ ਪੰਥ ਸਾਹਿਬ ਅਸੀਂ ਹਮੇਸ਼ਾ ਪੰਜਾਬ ਦੀ ਸੁੱਖ ਮੰਗਦੇ ਆ ਤੇ ਅੱਗੇ ਵੀ ਮੰਗਦੇ ਰਵਾਂਗੇ ਬਾਕੀ ਇਹ ਸੁੱਖ ਤਾਂ ਦੀਪ ਉਹਦਾ ਸ਼ੁਭਦੀਪ ਸਿੱਧੂ ਦਾ ਜਿਹੜਾ ਬਾਪ ਹੈ ਉਦੀ ਦੇ ਮਾਤਾ ਹੈ ਇਹ ਦੋਵੇਂ ਬਾਪ ਤੇ ਮਾਤਾ ਵੀ ਇਹੋ ਸੁੱਖ ਮੰਗਦੇ ਆ ਜੀ ਉਹ ਵੀ ਤੇ ਉਹ ਕਹਿੰਦੇ ਆ ਕਿ ਜੋ ਸਾਡੇ ਘਰ ਚ ਵਾਪਰ ਗਿਆ ਸਾਡੇ ਪੁੱਤਾਂ ਵਾਪਰ ਗਿਆ ਜੀ ਰੱਬਾ ਕਿਸੇ ਹੋਰ ਤੇ ਘਰ ਚ ਨਾ ਵਾਪਰੇ ਸਾਰੇ ਪੰਜਾਬੀ ਨੂੰ ਸੁੱਖ ਮੰਗਣੀ ਚਾਹੀਦੀ ਹੈ ਤੇ ਮੰਗਦੇ ਵੀ ਜੀ ਬਸ ਸਾਬ ਬਹੁਤ ਬਹੁਤ ਧੰਨਵਾਦ ਜਿਨ ਸਾਰੀਆਂ ਖਬਰਾਂ ਤੇ ਚਰਚਾ ਕੀਤੀ ਜੀ ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ ਹੁਣ ਮੈਨੂੰ ਨਵਜੀਤ ਨੂੰ ਦੇ ਉਜਾਜ਼ਤ ਦਿੱਤਰੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ